ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਯਾਨੀ ਗੀਤਾਂਜਲੀ ਦਾ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਅੱਜ ਅਸੀਂ ਫਿਰ ਹਾਜ਼ਰ ਹਾਂ ਸੱਜਰੇ ਸੁਰ ਦਾ ਇੱਕ ਨਵਾਂ ਐਪੀਸੋਡ ਲੈ ਕੇ। ਐਕਚੁਅਲ ਅੱਜ ਅਸੀਂ ਇੰਟਰਵਿਊ ਕਿਸੇ ਹੋਰ ਦੀ ਲੈਣੀ ਸੀ, ਪਰ ਮੈਨੂੰ ਇੱਕ ਬਹੁਤ ਹੀ ਵਧੀਆ ਜਿਹਾ ਸਿੰਗਰ ਸਾਡੇ ਸਟੂਡੀਓ ਦੇ ਬਾਹਰ ਹੀ ਮਿਲ ਗਏ, ਤਾਂ ਮੈਂ ਕਿਹਾ ਕਿਉਂ ਨਾ ਅੱਜ ਉਹਨਾਂ ਦੀ ਇੰਟਰਵਿਊ ਲਿੱਤੀ ਜਾਵੇ। ਤਾਂ ਜੀ, ਪੇਸ਼ ਨੇ ਤੁਹਾਡੇ ਅੱਗੇ ਗੁਰਮੁਖ ਦੁਆਬੀਆ ਜੀ। ਆਇਓ, ਉਹਨਾਂ ਨਾਲ ਥੋੜ੍ਹੀ ਗੱਲਬਾਤ ਕਰਦੇ ਹਾਂ ਅਤੇ ਮੁਲਾਕਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੀਤਾ ਕਾਂਜਲੀ ਜੀ, ਹੋਰ ਸੁਣਾਓ, ਕਿੱਦਾਂ ਤੁਸੀਂ? ਠੀਕ ਹੈ ਜੀ। ਹਾਂਜੀ, ਮੈਂ ਸਭ ਤੋਂ ਪਹਿਲਾਂ ਗਲੋਬਲ ਪੰਜਾਬ ਦੀ ਸਾਰੀ ਟੀਮ ਦਾ, ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੀ। ਧੰਨਵਾਦੀ ਮੈਡਮ ਜੀ ਦਾ ਵੀ ਆ, ਜਿਨ੍ਹਾਂ ਨੇ ਮੈਨੂੰ ਥੱਲਿਓਂ ਬਾਹਰ, ਅਸੀਂ ਘੁੰਮ ਰਹੇ ਸੀਗੇ ਅਤੇ ਆਪਣੀ ਗੱਡੀ 'ਚ ਸੌਂਗ ਲਾ ਕੇ ਸੁਣ ਰਹੇ ਸੀਗੇ ਅਤੇ ਇਹਨਾਂ ਨੇ ਸੌਂਗ ਸੁਣਿਆ ਅਤੇ ਮੈਨੂੰ ਪੁੱਛਿਆ ਅਤੇ ਇੱਥੇ ਸਟੂਡੀਓ ਤੱਕ ਲੈ ਕੇ ਆਏ ਨੇ, ਅਤੇ ਧੰਨਵਾਦ ਮੈਂ ਦੁਬਾਰਾ ਫੇਰ ਕਰਦਾ ਸਾਰੇ ਸਟੂਡੀਓ ਦਾ ਜੀ। ਹਾਂਜੀ ਮੈਡਮ, ਹੁਣ ਤੁਸੀਂ ਆਪਣੇ ਸੌਂਗ ਦੀ ਗੱਲ ਛੇੜ ਹੀ ਦਿੱਤੀ ਹੈ, ਤਾਂ ਸਾਨੂੰ ਆਪਣੇ ਟਰੈਕ ਦੇ ਬਾਰੇ ਕੁਛ ਦੱਸੋ ਜੀ। ਇੱਕ ਟਰੈਕ ਰਿਲੀਜ਼ ਹੋਇਆ ਥੋੜ੍ਹੇ ਦਿਨਾਂ ਤੋਂ ਪਹਿਲਾਂ ਜੀ, ਜੱਟ ਦੀ ਸਰਦਾਰੀ। ਸਪੀਡ ਰੈਕਰਡ ਕੰਪਨੀ ਨੇ ਉਹਨੂੰ ਪੇਸ਼ ਕੀਤਾ ਜੀ, ਰੂਬੀ ਭਾਅ ਜੀ, ਦਿਨੇਸ਼ ਭਾਅ ਜੀ ਉਹਨਾਂ ਨੇ ਕਾਫੀ ਉਹਨਾਂ ਦਾ ਮੇਰੇ ਨਾਲ ਸਾਥ ਆ, ਅਤੇ ਉਹਦੀਆਂ ਮੈਂ ਦੋ ਲਾਈਨਾਂ ਤੁਹਾਨੂੰ ਸੁਣਵਾ ਦਿੰਦਾ ਜੀ। ਹਾਂਜੀ ਹਾਂਜੀ ਬਿਲਕੁਲ। ਉਹ ਜੱਟ ਉੱਚਾ ਲੰਮਾ ਸੋਹਣੀ ਢੀਲ ਡੋਲ ਬਈ, ਕਿਸੇ ਕੰਮ ਤੋਂ ਵੀ ਕਰਦਾ ਨਾ ਕੌਲ ਬਈ, ਉਹ ਦੇਖ ਮੋਢੇ ਤੇ ਬੰਦੂਕ ਪੈਣ ਹੌਲ ਬਈ, ਖੁੱਲੀ ਛੱਡੀ ਆ ਜ਼ਮੀਨ ਖਾਣ ਪੀਣ ਦੇ ਸ਼ਕੀਨ, ਖੁੱਲੀ ਛੱਡੀ ਆ ਜ਼ਮੀਨ ਖਾਣ ਪੀਣ ਦੇ ਸ਼ਕੀਨ, ਰਹੇ ਚੁੱਲ੍ਹੇ ਤੇ ਚੜੀ ਤਰਕਾਰੀ ਥਾਣਿਆਂ 'ਚ ਥਾਣੇਦਾਰ ਦੀ, ਉਹ ਪਿੰਡ ਜੱਟ ਦੀ ਚੱਲੇ ਸਰਦਾਰੀ ਥਾਣਿਆਂ 'ਚ ਥਾਣੇਦਾਰ ਦੀ, ਉਹ ਪਿੰਡ ਜੱਟ ਦੀ ਚੱਲੇ ਸਰਦਾਰੀ। ਬਹੁਤ ਵਧੀਆ ਜੀ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਫੈਮਿਲੀ ਬੈਕਗ੍ਰਾਉਂਡ ਦੇ ਬਾਰੇ ਕੁਝ ਦੱਸੋ। ਫੈਮਿਲੀ ਬੈਕਗ੍ਰਾਉਂਡ ਜੀ, ਜਿੱਦਾਂ ਮੇਰੀ ਮਦਰ ਜੀ, ਉਹਨਾਂ ਦੀ ਵੀ ਡੈਥ ਹੋ ਚੁੱਕੀ ਆ, ਮੇਰੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਆ, ਮੇਰੀ ਵਾਈਫ ਸਿਮਰਨ ਜੀ, ਮੇਰੀ ਛੋਟੀ ਜੀ ਬੇਟੀ ਆ ਸਹਿਜ ਕੌਰ, ਥੋੜ੍ਹਾ ਟਾਈਮ ਹੋਇਆ ਜੀ ਮੇਰੇ ਬੇਟਾ ਵੀ ਹੋਇਆ ਮਾਹਿਮ ਸਿੰਘ ਕੈਲੇ, ਅਤੇ ਇਹ ਮੇਰੀ ਫੈਮਿਲੀ ਆ ਜੀ, ਫੈਮਿਲੀ ਦੀ ਬਹੁਤ ਸਪੋਰਟ ਆ ਮੈਨੂੰ ਜੀ। ਅੱਛਾ, ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਤੁਹਾਡੀ ਸਾਰੀ ਫੈਮਿਲੀ ਤੁਹਾਨੂੰ ਬਹੁਤ ਸਪੋਰਟ ਕਰਦੀ ਹੈ। ਤਾਂ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਸ਼ੁਰੂ ਤੋਂ ਇਹਨੂੰ ਆਪਣਾ ਪ੍ਰੋਫੈਸ਼ਨ ਬਣਾਉਣਾ ਚਾਹੁੰਦੇ ਸੀ? ਹਾਂਜੀ ਮੈਡਮ ਜੀ, ਛੋਟੇ ਹੁੰਦੇ ਬਾਲ ਸਭਾ ਲੱਗਦੀ ਹੁੰਦੀ ਸੀ ਸਕੂਲਾਂ ਵਿੱਚ, ਉਹਦੇ ਵਿੱਚ ਮੈਂ ਕਾਫੀ ਜਾਣੀ ਕਿ ਫੇਮਸ ਹੁੰਦਾ ਸੀ ਸਕੂਲ ਵਿੱਚ, ਮੈਂ ਵੀ ਜੇ ਗੌਰਮੁਖ ਸਕੂਲੇ ਨਹੀਂ ਆਇਆ ਤਾਂ ਬਾਲ ਸਭਾ ਨਹੀਂ ਸੀ ਲੱਗਦੀ ਹੁੰਦੀ, ਅਤੇ ਸਾਰੇ ਟੀਚਰ ਬਹੁਤ ਪਿਆਰ ਕਰਦੇ ਹੁੰਦੇ ਸੀ ਮੇਰੇ ਤੋਂ ਗਾਣੇ ਸੁਣ ਲਈ। ਸ਼ਨੀਵਾਰ ਨੂੰ ਤਕਰੀਬਨ ਘੰਟਾ ਪਹਿਲਾਂ ਛੁੱਟੀ ਕਰ ਲੈਂਦੇ ਸੀ ਕਿ ਆਪਾਂ ਬਾਲ ਸਭਾ ਲਾਉਣੀ ਆ, ਅਤੇ ਗੌਰਮੁਖ ਜਿੱਥੇ ਵੀ ਹੈਗਾ ਉਹਨੂੰ ਲੱਭ ਕੇ ਲਿਆ। ਚਲੋ ਫਿਰ ਉਹ ਸਭਾ ਅਸੀਂ ਵੀ ਲਾਉਣਾ ਚਾਹੁੰਦੇ ਹਾਂ, ਸਾਨੂੰ ਵੀ ਦੋ ਲਾਈਨਾਂ ਸੁਣਾ ਦਿਓ। ਉਹ ਟੰਡ ਖੂਹ ਦੀ ਵਾਂਗੂ ਨੀ ਤੂੰ ਆਈ ਸੀ ਭਰ ਕੇ, ਤੁਰ ਚੱਲੀ ਜਿੰਦੜੀਏ ਖਾਲੀ ਹੱਥ ਕਰਕੇ, ਨੀ ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ। ਕਿਆ ਬਾਤ ਹੈ, ਬਹੁਤ ਵਧੀਆ ਆਵਾਜ਼ ਹੈ ਤੁਹਾਡੀ। ਤਾਂ ਤੁਸੀਂ ਮੈਨੂੰ ਫਿਰ ਇਹ ਦੱਸੋ ਕਿ ਤੁਹਾਡਾ ਸਕੂਲ ਤੋਂ ਬਾਅਦ ਗਾਇਕੀ ਦਾ ਸਫ਼ਰ ਫਿਰ ਕਿਵੇਂ ਅੱਗੇ ਵਧਿਆ?
ਗੀਤਾਂਜਲੀ ਜੀ, ਉਸ ਤੋਂ ਬਾਅਦ ਥੋੜ੍ਹਾ ਜਿਹਾ ਗੈਪ, ਸਕੂਲ ਤੋਂ ਬਾਅਦ ਮੈਂ ਸਾਡੇ ਪਿੰਡ ਸੰਤਾਂ ਮਹਾਂਪੁਰਸ਼ਾਂ ਦਾ ਡੇਰਾ ਵਾ, ਅੱਛਾ ਸਾਡੇ ਜੀ, ਪਿੰਡ ਦੀ ਜਗ੍ਹਾ ਬਾਬਾ ਹਰੀਆ ਜੀ ਦੀ, ਉੱਥੇ ਬਾਬਾ ਸ਼ਾਮ ਨਾਥ ਜੀ ਉਸ ਜਗ੍ਹਾ ਦੇ ਜਾਣੀ ਕਿ ਸਾਡੇ ਪੂਜਨੀਕ, ਉਹਨਾਂ ਦਾ ਆਸ਼ੀਰਵਾਦ ਹਮੇਸ਼ਾ। 4-5 ਸਾਲ ਮੈਂ ਉੱਥੇ ਸੇਵਾ ਵੀ ਕੀਤੀ ਬਾਬਿਆਂ ਦੇ ਨਾਲ, ਉਹਨਾਂ ਦੇ ਲਾਡ ਲੱਗੇ ਰਹੇ, ਉੱਥੇ ਗੁਣਗੁਣਾਉਂਦੇ ਰਹਿਣਾ ਅਤੇ ਸ਼ੌਂਕ ਸੀਗਾ। ਅਤੇ ਇੱਕ ਦਿਨ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਮੈਂ ਟੇਪ ਰਿਕਾਰਡ ਕਰ ਲਈ, ਅਤੇ ਪਹਿਲੀ ਟੇਪ ਮੇਰੀ 2003 ਵਿੱਚ ਆਈ ਸੀਗੀ, ਬਿੱਲੋ ਦੀਆਂ ਝਾਂਜਰਾਂ। ਚਲੋ ਫਿਰ ਦੋ ਲਾਈਨਾਂ ਤਾਂ ਸੁਣਾਉਣੀਆਂ ਹੀ ਪੈਣੀਆਂ। ਹਾਂਜੀ ਜ਼ਰੂਰ ਜੀ। ਉਹ ਸੋਹਣੇ ਸੋਹਣੇ ਪੈਰਾਂ ਵਿੱਚ ਪਾ ਕੇ ਛਣਕਾਉਂਦੀ ਏ, ਹਾਏ ਓਏ ਰੱਬਾ ਮੇਰਿਆ ਏ ਕੀ ਸਾਥੋਂ ਚਾਹੁੰਦੀ ਏ, ਦਿਲ ਸਾਡਾ ਲੈ ਗਈ ਪਰ ਬਣੀ ਅਣਜਾਣੇ ਬਿੱਲੋ ਦੀਆਂ। ਬਿੱਲੋ ਦੀਆਂ ਝਾਂਜਰਾਂ 'ਚ ਮਿੱਤਰਾਂ ਦੀ ਜਾਣੇ ਬਿੱਲੋ ਦੀਆਂ। ਬਿੱਲੋ ਦੀਆਂ ਝਾਂਜਰਾਂ 'ਚ ਮਿੱਤਰਾਂ ਦੀ ਜਾਣੇ ਬਿੱਲੋ ਦੀਆਂ। ਕੀ ਬਾਤ ਹੈ! ਤਾਂ ਇਸ ਤੋਂ ਬਾਅਦ ਫਿਰ ਤੁਹਾਡਾ ਅਗਲਾ ਟਰੈਕ ਕਿਹੜਾ ਆਇਆ? ਅਗਲਾ ਟਰੈਕ ਮੇਰੇ ਫਿਰ 2005 ਦੇ ਲਾਸਟ ਵਿੱਚ ਟੇਪ ਆਈ ਸੀਗੀ ਜੀ। ਉਹ ਦਿਨ ਉਹਦਾ ਗੀਤ ਵੀ ਬੜਾ ਇੱਕ ਫੇਮਸ ਹੋਇਆ ਸੀਗਾ ਜੀ, ਤੇਰੇ ਪਿੰਡ ਇੱਦਾਂ ਕਿਹੜਾ ਰੱਖਣਾ। ਫਿਰ ਤਾਂ ਪੱਕਾ ਸੁਣਨਾ ਬਣਦਾ ਹੈ। ਹਾਂਜੀ ਜ਼ਰੂਰ ਸੁਣਾਵਾਂਗੇ ਜੀ, ਹਾਂਜੀ ਜੇ ਤੁਸੀਂ ਕਹਿੰਦੇ ਹਾਂ ਤਾਂ ਫਿਰ ਸੁਣਾਉਣਾ ਤਾਂ ਪਊਗਾ ਜੀ। ਬਿਲਕੁਲ। ਉਹ ਡੱਕ ਲੈ ਸਾਨੂੰ ਜੋ ਡੱਕ ਸਕਦਾ, ਆਪਣੇ ਰੋਬ ਥੱਲੇ ਰੱਖ ਸਕਦਾ। ਡੱਕ ਲੈ ਸਾਨੂੰ ਜੋ ਡੱਕ ਸਕਦਾ, ਆਪਣੇ ਰੋਬ ਥੱਲੇ ਰੱਖ ਸਕਦਾ। ਨਾ ਕਿਸੇ ਦਾ ਰੋਬ ਹੈ ਸਹਿਣਾ, ਨਾ ਕਿਸੇ ਤੋਂ ਜੱਕਣਾ ਨੀ, ਤੇਰੇ ਪਿੰਡ ਇੱਦਾਂ ਹੀ ਗੇੜਾ ਰੱਖਣਾ ਨੀ, ਤੇਰੇ ਪਿੰਡ ਇੱਦਾਂ ਹੀ ਗੇੜਾ ਰੱਖਣਾ ਨੀ, ਤੇਰੇ ਪਿੰਡ ਇੱਦਾਂ ਹੀ ਗੇੜਾ ਰੱਖਣਾ ਨੀ, ਤੇਰੇ ਪਿੰਡ ਇੱਦਾਂ ਹੀ ਗੇੜਾ ਰੱਖਣਾ। ਬਹੁਤ ਵਧੀਆ। ਤਾਂ ਇਹ ਤਾਂ ਹੋ ਗਏ 2 ਟਰੈਕ। ਇਸ ਤੋਂ ਬਾਅਦ ਫਿਰ ਹੁਣ ਤੁਹਾਡਾ ਜਿਹੜਾ ਟਰੈਕ ਆਇਆ ਉਹ ਹੈ ਜਾਂ ਕੋਈ ਹੋਰ ਵੀ ਵਿੱਚ ਇੱਕ ਟਰੈਕ ਆਇਆ ਸੀ? ਨਹੀਂ ਜੀ, 2 ਟਰੈਕ ਮੇਰੇ ਨਵੇਂ ਸਾਲ 'ਤੇ ਰਿਲੀਜ਼ ਹੋਏ ਸੀਗੇ। ਇੱਕ ਟੀ ਸੀਰੀਜ਼ ਕੰਪਨੀ ਵੱਲੋਂ ਹੋਇਆ ਸੀਗਾ, ਇੱਕ ਕੰਪਨੀ ਇੱਥੋਂ ਨਵੀਂ ਜਲੰਧਰ ਤੋਂ ਸੀ, ਉਹਨਾਂ ਨੇ ਕੀਤਾ ਸੀਗਾ। ਹੁਣ ਜਾ ਕੇ ਉਸ ਤੋਂ ਬਾਅਦ ਤੁਹਾਡਾ ਟਰੈਕ ਆਇਆ, ਇੰਨਾ ਗੈਪ ਕਿਉਂ ਇਹਦੇ ਵਿੱਚ? ਗੈਪ ਮੈਮ ਜੀ ਇੱਦਾਂ ਸੀਗਾ ਵੀ ਉਹਨਾਂ ਦਰਾਂ ਵਿੱਚ ਦਿਨ ਵੀ ਵਧੀਆ ਸੀਗੇ, ਅੱਛਾ ਵਧੀਆ ਜ਼ਿੰਦਗੀ ਕੱਟ ਰਹੇ ਸੀ, ਅਨਮੈਰਿਡਸ ਹੁੰਦੇ ਸੀਗੇ, ਠੀਕ ਹੈ ਜੀ, ਅਤੇ ਯਾਰ ਦੋਸਤ ਵੀ ਨਹੀਂ ਲਏ ਅਤੇ ਦਹੀਲੇ ਸੀ ਸਾਰੇ। ਬਸ ਥੋੜ੍ਹਾ ਜਿਹਾ ਗੈਪ ਇਸ ਕਰਕੇ ਪਿਆ ਵੀ ਮਦਰ ਦੀ ਡੈਥ ਹੋ ਗਈ, ਫਾਦਰ ਸਾਹਿਬ ਦੀ ਡੈਥ ਹੋ ਗਈ, ਥੋੜ੍ਹਾ ਜਿਹਾ ਟਰੈਕ ਤੋਂ ਗਾਇਕੀ ਤੋਂ ਉਖੜੇ ਵੀ, ਕਿਉਂਕਿ ਮਾਂ ਪਿਆ ਇੱਕ ਬੰਦੇ ਦੀ ਬਹੁਤ ਵੱਡੀ ਸਪੋਰਟ ਹੁੰਦਾ ਵਾ, ਅਤੇ ਦੋਨੇ ਜਾਣੇ ਚੱਲ ਵਸੇ ਅਤੇ ਇਕੱਲੇ ਰਹਿ ਗਏ, ਤਾਂ ਥੋੜ੍ਹਾ ਜਿਹਾ ਜ਼ਿੰਦਗੀ ਦੇ ਰਸਤੇ ਤੋਂ ਜਿਸ ਟਰੈਕ 'ਤੇ ਮੈਂ ਤੁਰਿਆ ਜਾਂਦਾ ਸੀਗਾ ਉਖੜ ਗਿਆ, ਅਤੇ ਬਸ ਹੌਲੀ ਹੌਲੀ ਕਾਫੀ ਗੈਬ ਇਸੇ ਚੱਕਰ 'ਚ ਪੈਂਦਾ ਰਿਹਾ। ਫਿਰ ਥੋੜ੍ਹੀ ਜਿਹੀ ਗੱਡੀ ਕਹਿੰਦੇ ਜਦੋਂ ਲੀਹ ਤੋਂ ਲੈ ਜਾਵੇ ਤੁਹਾਨੂੰ ਚੜ੍ਹਾਉਣ ਲਈ ਬਹੁਤ ਸਪੋਰਟ ਦੀ ਲੋੜ ਹੁੰਦੀ ਆ। ਹੁਣ ਮੈਂ ਦੁਬਾਰਾ ਟਰੈਕ ਕੀਤਾ ਜੀ, 5-7 ਸਾਲ ਦਾ ਗੈਪ ਆ ਮੇਰਾ, ਤਾਂ ਮੈਨੂੰ ਕਾਫੀ ਦਰਸ਼ਕ ਮੇਰੇ ਪੰਜਾਬੀ ਵੀਰਾਂ ਨੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ, ਇੱਥੇ ਜਿਹੜੇ ਬੈਠੇ ਆ ਮੁੰਡਿਆਂ ਨੇ, ਯੰਗਸਟਰਾਂ ਨੇ ਬਹੁਤ ਪਿਆਰ ਕੀਤਾ, ਮੇਰੀ ਜਿਹੜਾ ਨਵਾਂ ਟਰੈਕ ਮੈਂ ਰਿਲੀਜ਼ ਕੀਤਾ ਹੈ ਜੀ। ਅੱਛਾ, ਤਾਂ ਫਿਰ ਮਤਲਬ ਹੁਣ ਤੁਸੀਂ ਆਪ ਹੀ ਦੱਸਦੇ ਪਏ ਹੋ ਕਿ ਤੁਹਾਡੀ ਬਹੁਤ ਫੈਨ ਫੋਲੋਇੰਗ ਹੈ। ਹਾਂਜੀ, ਹੈ ਨਾ? ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਅੱਜ ਤੱਕ ਤੁਹਾਨੂੰ ਸਭ ਤੋਂ ਵਧੀਆ ਕਮੈਂਟ ਕਿਹੜਾ ਮਿਲਿਆ? ਕਮੈਂਟ ਇਹ ਆ ਵੀ ਜਿੰਨੇ ਵੀ ਮੇਰੇ ਵਿਊਜ਼ ਆ ਯੂਟਿਊਬ ਦੇ ਉੱਪਰ, ਬਸ ਜਦੋਂ ਹੈ ਨਾ ਮੁੰਡੇ ਕਹਿੰਦੇ ਬਾਈ ਜੀ ਹੁਣ ਤਾਂ ਅੱਤ ਕਰਾਤੀ, ਹੈ ਨਾ, ਬਸ ਉਹ ਜਿਹੜਾ ਵਿਊ ਇੱਦਾਂ ਵਾ ਵੀ ਮੈਨੂੰ ਹੈ ਨਾ ਬਹੁਤ ਜ਼ਿਆਦਾ ਐਨਰਜੀ ਦਿੰਦਾ, ਅਤੇ ਮੇਰੇ ਅੰਦਰ ਇੰਨੀ ਕੁ ਐਨਰਜੀ ਆ ਕਿ ਮੈਂ ਫਟਾਫਟ ਮੈਂ ਜਲਦੀ ਕੁਛ ਹੋਰ ਆਪਣੇ ਸਰੋਤਿਆਂ ਨੂੰ ਸੁਣਾ ਸਕਾਂ। ਨਵਾਂ ਟਰੈਕ ਬਿਲਕੁਲ ਰੈਡੀ ਆ, ਉਹ ਵੀ ਥੋੜ੍ਹੇ ਟਾਈਮ ਦੇ ਵਿੱਚ ਰਿਲੀਜ਼ ਕਰ ਦੇਣਾ ਸੀ, 10-15 ਦਿਨ ਜੀ। ਅੱਛਾ ਅੱਛਾ ਅੱਛਾ, ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਟਰੈਕ ਜਿਹੜਾ ਆ ਚੁੱਕਿਆ ਉਹਦੇ ਵਿੱਚ ਤੁਹਾਡੀ ਟੀਮ ਦੀ ਸਪੋਰਟ, ਤੁਹਾਡਾ ਕਿੱਦਾਂ ਸਭ, ਉਹ ਆਪਣੀ ਟੀਮ ਦੇ ਬਾਰੇ ਦੱਸੋ। ਸਭ ਤੋਂ ਪਹਿਲਾਂ ਜੀ ਸਪੋਰਟ ਜਿਹੜੀ ਮੇਰੀ ਵਾਈਫ ਆ, ਉਸ ਤੋਂ ਬਾਅਦ
ਜਿਹੜਾ ਮੇਰੇ ਇਸ ਸੌਂਗ ਦੇ ਵਿੱਚ ਸਪੋਰਟਰ ਨੇ, ਜਿਹੜੀ ਮੇਰੀ ਬੈਕ ਆ, ਜੰਡੂ ਅੰਕਲ ਲਿੱਤਰਾਂ ਵਾਲੇ, ਉਹਨਾਂ ਦਾ ਲਿਖਿਆ ਗੀਤ ਆ ਜੀ। ਇਹ ਸਾਰਾ ਸਿਹਰਾ ਇਸ ਗੀਤ ਦਾ ਮੈਂ ਉਹਨਾਂ ਦੇ ਸਿਰ 'ਤੇ ਹੀ ਬੰਨਣਾ ਚਾਹੁੰਦਾ ਵਾਂ, ਬੰਨ ਰਿਹਾ ਵੀ ਹਾਂ। ਉਹਨਾਂ ਦੀ ਬਦੌਲਤ ਮੈਨੂੰ ਬਹੁਤ ਵਧੀਆ ਵਧੀਆ ਦੋਸਤ ਮਿਲੇ, ਸਰਬਜੀਤ ਥਿਆੜਾ ਜੀ, ਸ਼ੱਬਾ ਵੀਰ, ਮੇਰਾ ਗਾਣੇ 'ਚ ਉਹਨਾਂ ਦਾ ਨਾਂ ਵੀ ਆ, ਅਤੇ ਮੇਰੇ ਵੀਡੀਓ ਦੇ ਵਿੱਚ ਵੀ ਉਹਨਾਂ ਦੇ ਸ਼ੋਟ ਹੈਗੇ ਆ। ਛੱਬੇ ਭਾਅ ਜੀ ਨੇ ਅਜੂਬਾ ਸਿਟੀ ਅਮੈਰੀਕਾ 'ਚ ਰਹਿੰਦੇ ਆ, ਕੈਲੀਫੋਰਨੀਆ ਸਟੇਟ ਦੇ ਵਿੱਚ ਜੀ ਉਹ, ਤਾਂ ਛੱਬਾ ਹਰਖੋਂਵਾਲ ਵਾਲਾ, ਤਾਂ ਉਹ ਬਾਈ ਵੈਸੇ ਵੀ ਪਾਵਰਫੁੱਲ, ਹੈਲਪਫੁੱਲ ਵੀ ਆ, ਇੱਥੇ ਆਣ ਕੇ ਟੂਰਨਾਮੈਂਟ ਕਬੱਡੀਆਂ ਵੀ ਕਰਵਾਉਂਦੇ ਆ, ਜਾਣੀ ਕਹਿਣ ਦਾ ਮਤਲਬ ਹਰ ਤਰ੍ਹਾਂ ਦੇ ਬੰਦੇ ਦੀ ਹੈਲਪ ਵੀ ਕਰਦੇ ਆ। ਮੇਰੇ ਬਹੁਤ ਵਧੀਆ ਸੱਜਣ ਆ, ਉਹ ਮੇਰੀ ਬਹੁਤ ਸਪੋਰਟ ਕਰ ਰਿਹਾ, ਅਤੇ ਮੈਂ ਧੰਨਵਾਦੀ ਹਾਂ ਛੱਬੇ ਭਾਈ ਦਾ ਵੀ, ਅਤੇ ਜੰਡੂ ਅੰਕਲ ਲਿੱਤਰਾਂ ਵਾਲੇ ਦਾ ਵੀ। ਹੋਰ ਇਸ ਵੀਡੀਓ ਦੇ ਵਿੱਚ ਪ੍ਰਮੋਦ ਰਾਣਾ ਸ਼ਰਮਾ ਜੀ ਨੇ ਇਹ ਵੀਡੀਓ ਬਣਾਇਆ ਜੀ, ਦਿਨੇਸ਼ ਭਾਅ ਜੀ, ਰੂਬੀ ਭਾਅ ਜੀ ਸਪੀਡ ਰੈਕਰਡ ਵਾਲਿਆਂ ਨੇ ਇਹਨੂੰ ਰਿਲੀਜ਼ ਕੀਤਾ ਜੀ। ਇਸ ਗੀਤ ਨੂੰ ਜਾਂ ਮੇਰੀ ਆਵਾਜ਼ ਨੂੰ ਚਾਰ ਚੈਨਲ ਆਏ ਆ, ਜਿਨ੍ਹਾਂ ਦੇ ਸੰਗੀਤ ਨੇ, ਮਿਊਜ਼ਿਕ ਨੇ, ਉਹ ਮੇਰਾ ਛੋਟਾ ਵੀਰ ਰੂਪਨ ਕਾਲੂ ਜੀ ਨੇ। ਤਾਂ ਗੁਰਮੁਖ ਜੀ, ਤੁਸੀਂ ਹੁਣੇ ਦੱਸਿਆ ਕਿ ਤੁਹਾਡਾ ਦੂਜਾ ਟਰੈਕ ਵੀ ਆਉਣ ਵਾਲਾ, ਹਾਂਜੀ, ਤਾਂ ਉਹਦੇ ਫਿਰ ਦੋ ਬੋਲ ਹੋ ਜਾਣ। ਜ਼ਰੂਰ ਮੈਮ ਜੀ। ਨੀ ਇੱਕ ਤੇਰਾ ਸ਼ੌਂਕ ਸਿੰਗਾਪੁਰ ਜਾਣ ਦਾ, ਵੱਡੇ ਵੱਡੇ ਹੋਟਲਾਂ 'ਚ ਪੀਣ ਖਾਣ ਦਾ, ਨਾਲੇ ਹਾਈ ਫਾਈ ਹਾਈ ਫਾਈ ਮੰਗਦੀ ਏ ਬੈਕ ਜੱਟ ਤੋਂ ਨਹੀਂ ਮੈਨੂੰ ਲੱਗਦਾ, ਲੱਗਦਾ ਕਰਾਏਂਗੀ ਬਲੈਕ ਜੱਟ ਤੋਂ ਨਹੀਂ ਮੈਨੂੰ ਲੱਗਦਾ, ਲੱਗਦਾ ਕਰਾਏਂਗੀ ਬਲੈਕ ਜੱਟ ਤੋਂ ਨਹੀਂ ਮੈਨੂੰ ਲੱਗਦਾ। ਗੱਲ ਹੋਈ ਤੁਹਾਡੇ ਫੈਨਸ ਦੀ ਤੇ ਤੁਹਾਡੀ ਸਪੋਰਟ ਦੀ, ਤੁਹਾਡੀ ਟੀਮ ਦੀ, ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਕਿੰਨਾ ਦੇ ਫੈਨ ਹੋ, ਕੌਣ ਹੈ ਤੁਹਾਡੀ ਇੰਸਪੀਰੇਸ਼ਨ? ਇਹ ਪੁਆਇੰਟ ਜਿਹੜਾ ਤੁਸੀਂ ਜਿਹੜਾ ਕੁਐਸਚਨ ਕਰ ਰਹੇ ਹੋ ਜੀ, ਬਹੁਤ ਅਹਿਮ ਹੈ ਮੇਰੇ ਲਈ। ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀਗਾ, ਮੈਂ ਕਾਫੀ ਸਿੰਗਰਾਂ ਨੂੰ ਉੱਦਾਂ ਗਾਉਂਦਾ ਰਿਹਾ, ਬਾਈ ਅਮਰ ਸਿੰਘ ਚਮਕੀਲੇ ਦੇ ਬਹੁਤ ਗੀਤ ਗਾਏ, ਮੈਂ ਦਿਦਾਰ ਸੰਧੂ ਜੀ ਦੇ ਵੀ ਗੀਤ ਗਾਏ ਛੋਟੇ ਹੁੰਦੇ ਸੀਗੇ ਅਸੀਂ, ਤਾਂ ਕਾਫੀ, ਤਾਂ ਮੇਰਾ ਜਿਹੜਾ ਫੇਵਰੇਟ ਸਿੰਗਰ ਆ ਉਸ ਬਚਪਨ ਤੋਂ ਲਾ ਕੇ ਹੁਣ ਤੱਕ, ਚਲੋ ਫੈਨ ਤਾਂ ਮੈਂ ਕਹਿਣ ਦਾ ਮਤਲਬ ਸਾਰਿਆਂ ਦਾ ਆ, ਨਵੇਂ ਜਿਹੜੇ ਜਨਰੇਸ਼ਨ, ਜਿਹੜੀ ਨਵੇਂ ਮੁੰਡੇ ਗਾ ਰਹੇ ਸਾਰੇ ਬਹੁਤ ਵਧੀਆ ਗਾ ਰਹੇ, ਵੀ ਬਾਈ ਹਰਭਜਨ ਮਾਨ ਜੀ ਦਾ ਮੈਂ ਉਹਨਾਂ ਨੂੰ ਆਪਣਾ ਆਦਰਸ਼ ਮੰਨਦਾ ਜੀ, ਉਹਨਾਂ ਦੇ ਗੀਤ ਮੈਂ ਜਾਣੀ ਕਿ ਜ਼ਿਆਦਾ ਮੈਂ ਪਿਆਰ ਉਹਨਾਂ ਦੇ ਗੀਤਾਂ ਨੂੰ ਕਰਦਾ ਅੱਜ ਵੀ। ਚਲੋ ਫਿਰ ਸਾਨੂੰ ਉਹਨਾਂ ਦਾ ਇੱਕ ਗਾਣਾ ਸੁਣਾ ਦਿਓ। ਉਹਨਾਂ ਦਾ ਗਾਣਾ, ਹਾਂਜੀ, ਚਿੱਠੀ ਏ ਨੀ ਚਿੱਠੀ ਏ ਹੰਝੂਆਂ ਨਾ ਲਿਖੀਏ, ਦੂਰ ਬਤਨਾ ਤੋਂ ਰਹਿੰਦਾ ਮੇਰਾ ਲਾਲ, ਆਖੀ ਮੇਰੇ ਸੋਹਣੇ ਚੰਨ ਨੂੰ, ਨੀ ਆਖੀ ਮੇਰੇ ਸੋਹਣੇ ਚੰਨ ਨੂੰ, ਤੇਰੀ ਮਾਂ ਦਾ ਬੁਰਾ ਹੈ ਚੰਨਾ ਹਾਲ, ਆਖੀ ਮੇਰੇ ਜੌਣ ਜੋਗੇ ਨੂੰ, ਚਿੱਠੀਏ ਨੀ ਚਿੱਠੀਏ ਹੰਝੂਆਂ ਨਾ ਲਿਖੀਏ। ਕਿਆ ਬਾਤ ਹੈ, ਤੁਹਾਡੀ ਬਹੁਤ ਹੀ ਵਧੀਆ ਆਵਾਜ਼ ਹੈ। ਹੁਣ ਮੈਨੂੰ ਲੱਗਦਾ ਪਿਆ ਕਿ ਮੈਂ ਬਹੁਤ ਅੱਛਾ ਕੀਤਾ ਜਿਹੜਾ ਇਹਨਾਂ ਨੂੰ ਅੱਜ ਚੈਨਲ ਵਿੱਚ ਲੈ ਹੀ ਆਈ। ਤੁਸੀਂ ਫਿਰ ਮੈਨੂੰ ਇਹ ਦੱਸੋ ਕਿ ਜਿਹੜਾ ਤੁਹਾਡਾ ਇੰਨਾ ਫੇਮਸ ਗਾਣਾ ਅੱਜ ਕੱਲ੍ਹ ਚੱਲ ਰਿਹਾ ਜੱਟ ਦੀ ਸਰਦਾਰੀ, ਇਹਦੀ ਸ਼ੂਟਿੰਗ ਕਿੱਥੇ ਹੋਈ? ਇਹ ਮੇਰੇ ਪਿੰਡ ਹੋਈ ਹੈ ਜੀ। ਕਿਹੜਾ ਪਿੰਡ ਹੈ ਤੁਹਾਡਾ? ਮੇਰਾ ਪਿੰਡ ਹੈ ਟੁੱਟ ਕਲਾਂ, ਅੱਛਾ, ਤੇ ਸ਼ਹਿਰ ਮੇਰਾ ਨਕੋਦਰ, ਡਿਸਟ੍ਰਿਕਟ ਜਲੰਧਰ, ਬੇਸਿਕਲ ਮੈਂ ਜਲੰਧਰ ਰਹਿ ਰਿਹਾ, ਤੇ ਉਹ ਵੀਡੀਓ ਵਿੱਚ ਮੇਰਾ ਪਿੰਡ ਹੀ ਆ ਸਾਰਾ ਜੀ।
ਕਿਆ ਬਾਤ ਹੈ, ਮਤਲਬ ਤੁਸੀਂ ਆਪਣੇ ਪਿੰਡ ਨੂੰ ਵੀ ਅੱਛੀ ਤਰ੍ਹਾਂ, ਮੈਂ 5-7 ਸਾਲ ਬਾਅਦ ਵੀਡੀਓ ਕੀਤਾ ਜੀ, ਅਤੇ ਮੈਨੂੰ ਇਹ ਸੀਗਾ ਕਿ ਇਹ ਗਾਣਾ ਜਿਹੜਾ ਵਾ ਵੀ ਮੈਂ ਆਪਣੇ ਪਿੰਡ ਵਿੱਚ ਇਹਦਾ ਵੀਡੀਓ ਸ਼ੂਟ ਕਰਾਂ, ਅਤੇ ਚਲੋ ਜੀ ਪ੍ਰਮੋਦ ਰਾਣਾ ਜੀ ਸ਼ਰਮਾ ਜੀ ਉਹ ਵੀ ਇਸ ਚੀਜ਼ ਨੂੰ ਲੈ ਕੇ ਚੱਲੇ ਵੀ ਠੀਕ ਆ ਗੁਰਮੁਖ ਆਪਾਂ ਆਪਣੇ ਪਿੰਡ ਹੀ ਕਰਦੇ ਹਾਂ। ਬਹੁਤ ਵਧੀਆ ਜੀ, ਪਿੰਡ ਵਾਲਿਆਂ ਨੇ ਬੜਾ ਪਿਆਰ ਕੀਤਾ ਜੀ, ਬੜਾ ਸਾਥ ਦਿੱਤਾ, ਟਰੈਕਟਰ ਟਰੂਕਟਰ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਕੀਤੇ, ਹੋਰ ਜੋ ਵੀ ਸਮਾਨ ਸਾਰਾ ਇਕੱਠਾ ਕਰਕੇ ਸਾਥ ਪੂਰਾ ਦਿੱਤਾ ਜੀ। ਤਾਂ ਹੁਣ ਮੈਨੂੰ ਤੁਸੀਂ ਆਪਣੇ ਥੋੜੇ ਫਿਊਚਰ ਪਲਾਨਸ ਦੇ ਬਾਰੇ ਚ ਦੱਸੋ। ਮੇਰਾ ਇੱਕ ਟਰੈਕ ਬਿਲਕੁਲ ਤਿਆਰ ਹੈ ਜੀ, ਹਾਂਜੀ, ਬਲੈਕ ਜੱਟ, ਹਾਂਜੀ, ਉਹਨਾਂ ਨੂੰ ਅਸੀਂ ਨੈਕਸਟ ਵੀਕ ਰਿਲੀਜ਼ ਕਰ ਦੇਣਾ ਜੀ। ਨਵੀਂ ਜਨਰੇਸ਼ਨ ਲਈ ਬਹੁਤ ਵਧੀਆ ਗੀਤ ਆ, ਫਨੀ ਗੀਤ ਆ ਜੀ, ਅਤੇ ਉਸ ਤੋਂ ਬਾਅਦ ਮੇਰੀ ਟੇਪ ਹੋ ਰਹੀ ਆ, ਪੂਰੀ ਦੀ ਪੂਰੀ ਐਲਬਮ ਵੀ ਅਸੀਂ ਕਰ ਰਹੇ ਹਾਂ, ਦੇਸੀ ਕਰੂ ਤੋਂ ਵੀ ਮਿਊਜ਼ਿਕ ਚੱਲਦਾ ਪਿਆ ਜੀ, ਤਾਂ ਹੋ ਸਕਦਾ ਕਿ ਉਸ ਟੇਪ ਨੂੰ ਅਸੀਂ ਇਸੇ ਸਾਲ ਦੇ ਵਿੱਚ ਹੀ ਜਲਦੀ, ਫਿਰ ਧਾਰਮਿਕ ਟੇਪ ਵੀ ਇੱਕ ਕਰ ਰਿਹਾ ਮੈਂ, ਕਾਫੀ ਜਾਣੀ ਕਿ ਸਾਡੀ ਪੰਜਾਬੀ ਸੱਭਿਅਤਾ ਨਾਲ ਜੁੜੀਆਂ ਹੋਈਆਂ ਕੁਝ ਗੱਲਾਂ, ਕੁਝ ਬੁਰੇ ਵਕਤ ਦੀਆਂ ਗੱਲਾਂ, ਉਹਦੀਆਂ ਮੈਂ 2 ਲਾਈਨਾਂ ਸੁਣਾਉਣੀਆਂ ਜ਼ਰੂਰ ਚਾਹੁੰਦਾ। ਬਿਲਕੁਲ ਜੀ, ਬਿਲਕੁਲ, ਮੇਰਾ ਗੀਤ ਹੈ ਇੱਕ, ਉਹਦੇ ਉਸ ਟੇਪ ਦੇ ਵਿੱਚ ਹੀ ਆ, ਕਹਿੰਦਾ ਹੋ ਕਿਵੇਂ ਗਦਰ ਭਲਾਵਾਂ ਹਰ ਗਦਰੀ ਮੈਂ ਬਾਬੇ ਦਾ, ਉਹ ਯਾਦ ਕਰੋ ਜੋਸ਼ ਭਗਤ ਉਦਮ ਸਰਾਬੇ ਦਾ, ਹੈ ਜਾਨ ਦੇਣੀ ਪੈਂਦੀ ਕਾਦੇ ਲਾਠੀਆਂ ਦੇ ਹੋਕੇ, ਯੋਧਿਆਂ ਨੂੰ ਫਾਂਸੀਆਂ ਗਦਾਰਾਂ ਨੂੰ ਸਰੋਪੇ, ਯੋਧਿਆਂ ਨੂੰ ਫਾਂਸੀਆਂ। ਫਿਰ ਇੱਕ ਸੰਗ ਹੋ ਰਿਹਾ, ਉਹਦੀ ਦੋ ਕਲੀਨਾਂ ਸੁਣਾ ਜੀ। ਹੋ ਕਰਦਾ ਜਦ ਕਤਲ ਕੋਈ ਸਦਰਾਂ ਤੇ ਚਾਵਾਂ ਦੇ, ਕਰਦਾ ਜਦ ਕਤਲ ਕੋਈ ਸਦਰਾਂ ਤੇ ਚਾਵਾਂ ਦੇ, ਹੱਥਾਂ ਚੋਂ ਬਾਗੀ ਹੁੰਦੇ ਫੇਰ ਪੁੱਤ ਮਾਵਾਂ ਦੇ, ਹੱਥਾਂ ਚੋਂ ਬਾਗੀ ਹੁੰਦੇ ਫੇਰ ਪੁੱਤ ਮਾਵਾਂ ਦੇ। ਕਿਆ ਬਾਤ ਹੈ, ਬਹੁਤ ਬਹੁਤ ਵਧੀਆ ਗਾਣਾ। ਤਾਂ ਤੁਸੀਂ ਜਾਂਦੇ ਹੋਏ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਹਾਂਜੀ ਜ਼ਰੂਰ ਜੀ, ਮੈਂ ਜਿਹੜੀ ਨਵੀਂ ਪੀੜ੍ਹੀ ਹੈ ਜੀ ਉਹਦੇ ਬਾਰੇ ਇਹ ਕਹਿਣਾ ਚਾਹੁੰਦਾ, ਚਲੋ ਅੱਜ ਕੱਲ੍ਹ ਬਹੁਤ ਕੁਝ ਹੋ ਰਿਹਾ ਵਾ, ਮੈਂ ਚਾਹੁੰਦਾ ਵੀ ਉਹਨਾਂ ਨੂੰ ਕੁਝ ਚੰਗਾ ਸੁਣਾਇਆ ਜਾਵੇ, ਚੰਗਾ ਕੁਝ ਉਹਨਾਂ ਨੂੰ ਵਿਖਾਇਆ ਜਾਵੇ, ਅਤੇ ਅੱਜ ਦੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਮੋੜ ਦੀ ਲੋੜ ਆ, ਕਿਉਂਕਿ ਨਸ਼ਿਆਂ ਦਾ ਦੌਰ ਚੱਲਦਾ ਪਿਆ ਆ, ਅਤੇ ਮੈਂ ਹੱਥ ਜੋੜ ਕੇ ਇਹ ਬੇਨਤੀ ਕਰੂੰਗਾ ਸਾਰੇ ਬਜ਼ੁਰਗਾਂ ਨੂੰ, ਮਾਂ ਪਿਓ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਵੀ ਆਪਣੇ ਪਰਿਵਾਰ ਦੇ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਆ ਰਹੀ ਆ ਯੰਗਸਟਰਾਂ ਵਿੱਚ, ਤਾਂ ਉਹਨਾਂ ਦਾ ਖਿਆਲ ਰੱਖੋ, ਅਤੇ ਉਹਨਾਂ ਮੁਹਰੇ ਇਹ ਬੇਨਤੀ ਕਰਦਾ ਹਾਂ ਨੌਜਵਾਨ ਪੀੜ੍ਹੀ ਮੁਹਰੇ ਵੀ ਤੁਸੀਂ ਨਸ਼ਿਆਂ ਤੋਂ ਬਚੋ, ਮੇਰੀ ਇਹ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ, ਅਤੇ ਤਹਿ ਦਿਲੋਂ ਧੰਨਵਾਦੀ ਹਾਂ ਮੈਂ ਗਲੋਬਲ ਪੰਜਾਬ ਚੈਨਲ ਦੀ ਸਾਰੀ ਟੀਮ ਦਾ, ਸਾਰੇ ਦਰਸ਼ਕਾਂ ਦਾ, ਇੱਕ ਵਾਰੀ ਫਿਰ ਗੀਤਾਂਜਲੀ ਜੀ ਦਾ ਵੀ, ਜਿਨ੍ਹਾਂ ਨੇ ਮੇਰੇ ਨਾਲ ਜਿਹਨਾਂ ਮੇਰੀ ਇੰਟਰਵਿਊ ਲੈ ਕੇ ਇੱਥੋਂ ਤੱਕ ਪਹੁੰਚਾਇਆ ਵਾ, ਅਤੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਥੈਂਕ ਯੂ ਸੋ ਮਚ, ਤੁਸੀਂ ਆਪਣਾ ਟਾਈਮ ਵੀ ਸਾਨੂੰ ਦਿੱਤਾ ਅਤੇ ਇੱਥੇ ਆਏ, ਥੈਂਕ ਯੂ ਜੀ। ਥੈਂਕ ਯੂ ਗੀਤਾ ਜੀ, ਥੈਂਕ ਯੂ। ਅਤੇ ਇਹਦੇ ਨਾਲ ਹੀ ਸਾਡਾ ਅੱਜ ਦਾ ਐਪੀਸੋਡ ਸਜਰੇ ਸੁਰ ਇੱਥੇ ਖਤਮ ਹੁੰਦਾ ਹੈ, ਅਗਲੇ ਹਫ਼ਤੇ ਫਿਰ ਮਿਲਾਂਗੇ ਇੱਕ ਨਵੇਂ ਸਜਰੇ ਸੁਰ ਦੇ ਨਾਲ, ਟਿਲ ਦੈਨ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਸਜਰੇ ਸੁਰ, ਸਜਰੇ ਸੁਰ, ਸਜਰੇ।